ਮੇਰਾ ਨਾਮ ਹੈ ਜੀ ਵਰਨ ਰਾਜ। ਮਾਮਲਾ ਜੀ ਇਹ ਹੋਇਆ ਉੱਧਰੋਂ ਜਦ ਬਾਉਂਸਰਾਂ ਦੀ ਇਹਨਾਂ ਦੀ ਲੜਾਈ ਹੋਈ ਹੈ। ਉੱਧਰ ਸ਼ੈਰੀ ਮਾਨ ਦਾ ਪ੍ਰੋਗਰਾਮ ਚੱਲਦਾ ਸੀ, ਪ੍ਰੋਗਰਾਮ ਜੋ ਚੱਲਿਆ ਉਹ ਸਭ ਕੁਛ ਉੱਧਰ ਹੋ ਗਿਆ ਇਕੱਠਾ, ਅਤੇ ਉਹ ਆਪਸ 'ਚ ਲੜ ਪਏ, ਅਤੇ ਉਹ ਆਪਸ 'ਚ ਜੇ ਲੜੇ ਤਾਂ ਦੋ ਬਾਉਂਸਰਾਂ ਨੇ ਇੱਕ ਬੰਦੇ ਦੀ ਪੱਗ ਲਾਤੀ, ਇੱਕ ਬੰਦੇ ਦੀ ਪੱਗ ਲਈ ਅਤੇ ਸਾਰੇ ਜਿਹੜੀ ਸਾਰੇ ਇਕੱਠ ਸੀ ਉਹ ਇੱਕ ਬਾਉਂਸਰ ਦੇ ਮਗਰ ਪੈ ਗਿਆ, ਉਹਨੂੰ ਕੁੱਟਣ ਲੱਗੇ, ਉੱਧਰ ਬਹੁਤ ਕੁੱਟਿਆ ਉਹਨਾਂ ਨੇ। ਉਹ ਕੁੱਟਦੇ ਬਾਉਂਸਰ ਇੱਧਰ ਨੂੰ ਭੱਜਿਆ, ਉਹ ਬਾਉਂਸਰਾਂ ਨੇ ਦੂਜੇ ਬਾਉਂਸਰਾਂ ਨੇ ਇੱਧਰ ਨੂੰ ਭਜਾਇਆ ਜਾਂ ਇੱਧਰ ਨੂੰ ਭਜਾਇਆ, ਅਤੇ ਮੇਰਾ ਆਪਣਾ ਹਾਂਜੀ ਬਾਉਂਸਰ ਸਰਦਾਰ ਦੀ ਉਹਦੀ ਪੱਗ ਲੱਗ, ਉਹਦੀ ਵੀ ਪੱਗ ਲਾਤੀ ਸੀ ਉਹਨਾਂ ਨੇ, ਬਹੁਤ ਮਾਰਿਆ ਅਤੇ ਇੱਧਰ ਲੈ ਭੱਜਦਾ ਉਹ ਇੱਧਰ ਆ ਗਿਆ, ਆਪਣੇ ਆਪ ਨੂੰ ਬਚਾਉਣ ਕਰਕੇ ਇੱਧਰ ਆ ਗਿਆ, ਅਤੇ ਪੁਲਿਸ ਖੜ੍ਹੀ ਸੀ ਇੱਧਰ, ਅਤੇ ਇੱਧਰ ਪੁਲਿਸ ਖੜ੍ਹੀ ਸੀ। ਇਹ ਆਪਣਾ ਚਿੜਚਿੜ ਕੈਫੇ ਹੈ ਜੀ, ਇਹ ਚਿੜਚਿੜ ਕੈਫੇ ਦੇ ਅੰਦਰ ਪੁਲਿਸ ਨੇ ਉਹਨਾਂ ਨੂੰ ਚਿੜਚਿੜ ਕੈਫੇ ਦੇ ਅੰਦਰ ਬੰਦ ਕਰਕੇ ਸ਼ਟਰ ਡਾਊਨ ਕਰਤਾ, ਅਤੇ ਸਾਰੀ ਜਿਹੜੀ ਕਤੀੜ ਸੀ ਕੱਠ ਸੀ ਉਹ ਸਾਰਾ ਇੱਧਰ ਆ ਗਿਆ, ਸਾਰਾ ਕੱਠ ਸੀ ਇੱਧਰ ਆ ਗਿਆ, ਅਤੇ ਜਿਹੜੇ ਪੱਥਰਬਾਜ਼ੀ ਉਹਨਾਂ ਨੇ ਸ਼ੁਰੂ ਕਰਤੀ, ਆਪਣਾ ਜਿਹੜਾ ਟੇਬਲ ਟੂਬਲ ਹੈ ਉਹ ਵੀ ਸਾਰਾ ਤੋੜਤਾ, ਅਤੇ ਪੱਥਰਬਾਜ਼ੀ, ਅਤੇ ਉਹਨਾਂ ਨੇ ਬੋਤਲਾਂ ਵੀ ਚੱਕ ਲਈਆਂ ਸੀ ਕਿ ਕਹਿੰਦੇ ਜੀ ਮਾਰਨਾ ਹੀ ਮਾਰਨਾ, ਅਤੇ ਉਹਨਾਂ ਨੂੰ ਮਸਾਂ ਰੋਕਿਆ, ਅਤੇ ਫਿਰ ਪੁਲਿਸੀਆਂ ਨੇ ਕਰਤਾ ਜੀ ਕੰਮ, ਪੁਲਿਸ ਲੈ ਗਈ ਹਾਸੇ ਵਾਲਾ ਨਾ ਪਾਇਆ, ਪੁਲਿਸ ਲੈ ਗਈ ਬਾਉਂਸਰ ਨੂੰ ਲੈ ਗਈ। ਆਪਣਾ ਮੇਰਾ ਨਾਮ ਯੋਗੇਸ਼ ਹੈਗਾ, ਮੈਂ ਪਲੂਟੋਨ ਐਪਲ ਸਟੋਰ 'ਤੇ ਮੈਂ ਕੰਮ ਕਰਦਾ ਪਿਆ। ਇੱਥੇ ਇੱਦਾਂ ਹੋਇਆ, ਮੈਂ ਇੱਥੇ ਬਰਗਰ ਖਾਣ ਨੂੰ ਆਇਆ ਹੋਇਆ ਸੀਗਾ, ਅਤੇ ਇੱਥੇ ਸ਼ੈਰੀ ਮਾਨ ਦਾ ਸ਼ੋਅ ਚੱਲ ਰਿਹਾ ਸੀ, ਅਤੇ ਆਪਾਂ ਦੇਖਿਆ ਕਿ ਇੱਕਦਮ ਭੀੜ ਇੱਕਦਮ ਆਪਣੀ ਦੁਕਾਨ ਵੱਲ ਆ ਗਈ, ਇਸੇ ਦੁਕਾਨ ਵੱਲ ਆ ਗਈ, ਅਤੇ ਜਦੋਂ ਮਾਮਲਾ ਸਰ ਦੇਖਿਆ ਜਿਹੜੀ ਇੱਥੇ ਦੱਸਿਆ, ਉਹ ਕਹਿੰਦੇ ਕਿ ਬਾਉਂਸਰਾਂ ਦੀ ਅਤੇ ਨੌਜਵਾਨਾਂ ਦੀ ਅਤੇ ਕੁਛ ਉਹਨਾਂ ਦੀ ਆਪਸ 'ਚ ਝੜਪ ਹੋ ਗਈ, ਜਿਹਦੇ ਵਿੱਚ ਕੁਛ ਨੌਜਵਾਨਾਂ ਨੂੰ ਕੁੱਟਤਾ ਬਾਉਂਸਰਾਂ ਨੇ, ਅਤੇ ਉਹ ਬਾਉਂਸਰ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ। ਉਹ ਬਾਉਂਸਰ ਆਪਣੀ ਦੁਕਾਨ ਵੱਲ ਆਇਆ, ਭੀੜ ਇੰਨੀ ਇੱਕਦਮ ਆ ਗਈ ਆਪਣੀ ਦੁਕਾਨ ਵੱਲ ਕਿ ਦੁਕਾਨ ਦੇ ਵਿੱਚ ਬਾਉਂਸਰ ਨੂੰ ਪੁਲਿਸ ਵਾਲਿਆਂ ਨੇ ਬੰਦ ਕਰਨਾ ਪਿਆ, ਬਟ ਉਹਦੇ 'ਚ ਆਪਣੀ ਦੁਕਾਨ ਦਾ ਜਿਹੜਾ ਹੈਗਾ ਨੁਕਸਾਨ ਬਹੁਤ ਹੋਇਆ, ਵਿੱਚ ਟੇਬਲ ਵਗੈਰਾ ਤੋੜਦੇ ਹੈਗੇ, ਭੀੜ ਬਹੁਤ ਜ਼ਿਆਦਾ ਰਸ਼ ਪੈ ਗਿਆ ਸੀਗਾ, ਕੋਈ ਸੁਰੱਖਿਆ ਦਾ ਇੱਥੇ ਮੌਜੂਦ ਕੋਈ ਵੀ ਇੱਥੇ ਕੋਈ ਹੈ ਨਹੀਂ ਸੀਗਾ ਉਸ ਟਾਈਮ, ਬਟ ਉਹ ਨੌਜਵਾਨ ਜਿਹੜਾ ਸੀਗਾ ਆਪਣਾ ਬਾਉਂਸਰ ਸੀਗਾ, ਉਹਨੂੰ ਬਹੁਤ ਕੁੱਟਿਆ ਇੱਥੇ। ਹੁਣ ਤੁਹਾਨੂੰ ਲੱਗਦਾ ਕਿ ਬਾਉਂਸਰ ਦੇ ਨਾਲ ਜਿਹੜਾ ਸਭ ਨੂੰ ਉੱਥੇ ਪਤਾ ਲੱਗਿਆ, ਉਹਦੇ 'ਚ ਇਹ ਪਤਾ ਲੱਗਿਆ ਕਿ ਸ਼ੈਰੀ ਮਾਨ ਜਦੋਂ ਚਲਾ ਗਿਆ ਸੀਗਾ, ਬਾਅਦ ਵਿੱਚ ਕੁਛ ਨੌਜਵਾਨਾਂ ਨੂੰ ਰੋਕ ਰਹੇ ਸੀਗੇ ਬਾਉਂਸਰ, ਅਤੇ ਉਸ ਟਾਈਮ ਫਿਰ ਨੌਜਵਾਨਾਂ ਨੂੰ ਬਾਉਂਸਰਾਂ ਨੇ ਜਾਂਦੇ ਹੋਏ ਰੋਕਿਆ ਸੀਗਾ, ਅਤੇ ਉਸ ਟਾਈਮ ਕੁਛ ਝੜਪ ਵਗੈਰਾ ਉਹਨਾਂ ਦੀ ਆਪਸ 'ਚ ਹੋਈ ਹੋਏਗੀ, ਉਹ ਚੀਜ਼ ਹੋਈ ਸੀ ਇੱਥੇ ਜਿਹੜੀ ਆਪਾਂ ਨੂੰ ਉੱਥੋਂ ਦੀ ਪਤਾ ਲੱਗਿਆ।
ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।